ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ। ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜੈ। ਅੱਜ ਅਸੀਂ ਗੱਲ ਕਰਾਂਗੇ ਕਿ ਕਿਸੇ ਵੀ ਦੇਵੀ ਦੇਵਤੇ ਗੁਰੂ ਪੀਰ ਫਕੀਰ ਦੀ ਸਿੱਧੀ ਪ੍ਰਾਪਤ ਕਰਨ ਲਈ ਕਿੰਨਾ ਟਾਈਮ ਲੱਗਦਾ ਹੈ, ਕਿੰਨਾ ਸਮਾਂ ਲੱਗਦਾ ਹੈ। ਗੁਰੂ ਪੀਰ ਫਕੀਰ ਦੇਵੀ ਦੇਵਤੇ ਦੀ ਸਿੱਧੀ ਸਾਨੂੰ ਕਿੰਨਾ ਯਾਪ ਕਰਨ 'ਤੇ ਮਿਲਦੀ ਹੈ, ਸਾਨੂੰ ਕਿੰਨਾ ਯਾਪ ਕਰਨਾ ਪੈਂਦਾ ਹੈ। ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੇ ਮੰਤਰਾਂ ਪਾਠਾਂ ਦਾ ਕਿੰਨਾ ਯਾਪ ਕਰਨ 'ਤੇ ਸਾਨੂੰ ਉਹਨਾਂ ਦੀ ਸਿੱਧੀ ਮਿਲਦੀ ਹੈ, ਕਿੰਨੀ ਇਬਾਦਤ ਕਰਨ 'ਤੇ ਸਾਨੂੰ ਕੋਈ ਵੀ ਗੁਰੂ ਪੀਰ ਦੇਵੀ ਦੇਵਤਾ ਸਿੱਧ ਹੁੰਦਾ ਹੈ। ਇੱਕ ਇੰਟਰਨੈੱਟ 'ਤੇ ਬਹੁਤ ਵੱਡਾ ਝੂਠ ਫੈਲਾਇਆ ਜਾ ਰਿਹਾ ਹੈ ਕਿ ਇੱਕ ਦਿਨ ਵਿੱਚ ਹੀ ਗੁਰੂ ਪੀਰ ਫਕੀਰ ਦੇਵੀ ਦੇਵਤੇ ਨੂੰ ਸਿੱਧ ਕੀਤਾ ਜਾ ਸਕਦਾ ਹੈ, ਉਹਨਾਂ ਦੇ ਮੰਤਰਾਂ ਦੀ ਸਿੱਧੀ ਕੀਤੀ ਜਾ ਸਕਦੀ ਹੈ, ਇੱਕੋ ਦਿਨ ਮੰਤਰ ਪਾਠ ਕਰਨ ਨਾਲ ਉਸਦੀ ਸਿੱਧੀ ਮਿਲ ਜਾਂਦੀ ਹੈ। ਇਹ ਸਭ ਝੂਠ ਹੈ। ਜੇਕਰ ਕੋਈ ਇੱਕ ਦਿਨ ਕਹਿੰਦਾ ਹੈ ਕਿ ਇੱਕ ਦਿਨ ਵਿੱਚ ਸਿੱਧੀ ਮਿਲ ਜਾਵੇਗੀ ਤਾਂ ਇਹ ਝੂਠੀ ਅਫਵਾਹ ਹੈ, ਬਿਲਕੁਲ ਝੂਠ ਹੈ। ਕਿਸੇ ਵੀ ਪੀਰ ਫਕੀਰ ਗੁਰੂ ਦੇਵੀ ਦੇਵਤੇ ਦੀ ਸਿੱਧੀ ਜਾਂ ਮੰਤਰ ਸਿੱਧੀ ਕਰਨ ਲਈ ਸਾਨੂੰ ਬਹੁਤ ਸਾਰਾ ਜਾਪ ਕਰਨਾ ਪੈਂਦਾ ਹੈ। ਕਿਸੇ ਵੀ ਗੁਰੂ ਪੀਰ ਦੇਵੀ ਦੇਵਤੇ ਦੀ ਸਿੱਧੀ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਜਾਪ ਕਰਨਾ ਪੈਂਦਾ ਹੈ। ਕਈ ਵਾਰ ਗੁਰੂ ਪੀਰ ਦੇਵੀ ਦੇਵਤਾ ਜਲਦੀ ਹੀ ਥੋੜ੍ਹੇ ਸਮੇਂ ਵਿੱਚ ਖੁਸ਼ ਹੋ ਕੇ ਸਿੱਧੀ ਪ੍ਰਦਾਨ ਕਰ ਦਿੰਦਾ ਹੈ। ਸਿੱਧੀਆਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦਾ ਸੰਬੰਧ ਸਾਡੇ ਮਨ ਨਾਲ, ਦਿਲ ਨਾਲ, ਸਾਡੇ ਕਰਮਾਂ ਨਾਲ ਹੁੰਦਾ ਹੈ ਕਿ ਸਾਡੇ ਮਨ ਦਾ ਸੁਭਾਅ ਕਿਸ ਤਰ੍ਹਾਂ ਹੈ, ਤੁਹਾਡੀ ਰੋਜ਼ਾਨਾ ਰਹਿਣ ਵਾਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ, ਤੁਹਾਡਾ ਮਨ ਕਿੰਨਾ ਕੁ ਸਾਫ ਹੈ, ਤੁਹਾਡੀ ਸੋਚ ਕਿਸ ਤਰ੍ਹਾਂ ਦੀ ਹੈ, ਤੁਸੀਂ ਕਿਸ ਤਰ੍ਹਾਂ ਦੇ ਕਰਮ ਕਮਾਉਂਦੇ ਹੋ, ਜਿਸ ਤਰ੍ਹਾਂ ਦਾ ਸਾਡਾ ਮਨ ਦਾ ਭਾਵ ਹੈ। ਜੇਕਰ ਅਸੀਂ ਸਭ ਦਾ ਭਲਾ ਮੰਗਦੇ ਹਾਂ, ਭਲਾ ਕਰਦੇ ਹਾਂ, ਸਾਡਾ ਮਨ ਸਾਫ ਹੈ, ਸਾਡੀ ਨੀਅਤ ਸਾਫ ਹੈ, ਅਸੀਂ ਸਹੀ ਕਰਮ ਕਰਦੇ ਹਾਂ, ਜਿਸ ਤਰ੍ਹਾਂ ਦਾ ਸਾਡਾ ਜੀਵਨ ਹੈ, ਦੇਵੀ ਦੇਵਤਾ ਪੀਰ ਫਕੀਰ ਉਸੇ ਤਰ੍ਹਾਂ ਦੀ ਉਨੀ ਕੁ ਸ਼ਕਤੀ ਸਾਡੇ ਸਰੀਰ ਨੂੰ ਪ੍ਰਦਾਨ ਕਰਦੇ ਹਨ। ਜੇਕਰ ਸਾਡਾ ਮਨ ਸਾਫ ਹੈ, ਵਿਚਾਰ ਸਹੀ ਨੇ, ਦਿਲ ਕੋਮਲ ਹੈ, ਦਿਲ ਸਾਫ ਹੈ, ਤਾਂ ਦੇਵੀ ਦੇਵਤਾ ਪੀਰ ਫਕੀਰ ਬਹੁਤ ਜਲਦੀ ਹੀ ਸਾਨੂੰ ਸਿੱਧੀ ਦੇ ਦਿੰਦੇ ਹਨ। ਕਈਆਂ ਨੂੰ ਬਿਨਾਂ ਜਾਪ ਤੋਂ ਥੋੜ੍ਹੇ ਸਮੇਂ ਵਿੱਚ ਹੀ ਸਿੱਧੀ ਮਿਲ ਜਾਂਦੀ ਹੈ। ਜੇਕਰ ਥੋੜ੍ਹੇ ਸਮੇਂ ਵਿੱਚ ਜਾਂ ਬਿਨਾਂ ਜਾਪ ਤੋਂ ਸਿੱਧੀ ਮਿਲਦੀ ਹੈ ਤਾਂ ਇਸ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ, ਤਾਂ ਇਸ ਪਿੱਛੇ ਸਾਡੇ ਪਿਛਲੇ ਜਨਮਾਂ ਦਾ ਤਪ ਹੋ ਸਕਦਾ ਹੈ ਕਿ ਅਸੀਂ ਪਿਛਲੇ ਜਨਮਾਂ ਦੇ ਵਿੱਚ ਬਹੁਤ ਤਪ ਕੀਤਾ ਹੈ। ਸਾਡੇ ਜਾਂ ਫਿਰ ਸਾਡੇ ਪੁਰਾਣੇ ਬਜ਼ੁਰਗ ਭਗਤੀ ਇਬਾਦਤ ਵਾਲੇ ਹੋਣਗੇ, ਜੋ ਸਾਡੀ ਪਿਛਲੀ ਪੀੜ੍ਹੀ ਹੈ, ਸਾਡੇ ਪੁਰਾਣੇ ਬਜ਼ੁਰਗ ਪੂਰਵਜ ਹਨ, ਉਹ ਭਗਤੀ ਇਬਾਦਤ ਵਾਲੇ ਹੋਣਗੇ। ਜੇਕਰ ਸਾਡੇ ਬਜ਼ੁਰਗਾਂ ਵਿੱਚ ਕਿਸੇ ਕੋਲ ਫਕੀਰੀ ਸੀ, ਭਗਤੀ ਵਾਲੇ ਸਨ, ਤਾਂ ਉਸ ਫਕੀਰੀ ਭਗਤੀ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਮਿਲੇਗਾ। ਜਿਨ੍ਹਾਂ ਨੂੰ ਘੱਟ ਮਿਹਨਤ ਨਾਲ ਬਹੁਤ ਜ਼ਿਆਦਾ ਸ਼ਕਤੀਆਂ ਸਿੱਧੀਆਂ ਮਿਲ ਜਾਂਦੀਆਂ ਹਨ। ਜੇਕਰ ਸਾਡੇ ਪੁਰਾਣੇ ਬਜ਼ੁਰਗ, ਉਹਨਾਂ ਵਿੱਚ ਕਿਸੇ ਨੂੰ ਕੋਲ ਫਕੀਰੀ ਸੀ, ਉਹ ਭਗਤੀ ਇਬਾਦਤ ਕਰਦੇ ਸਨ, ਤਾਂ ਉਸੇ ਪੀੜ੍ਹੀ ਵਿੱਚੋਂ ਅੱਗੇ ਆਉਣ ਵਾਲੀ ਜੋ ਔਲਾਦ ਹੁੰਦੀ ਹੈ, ਉਹਨਾਂ ਵਿੱਚ ਉਸ ਭਗਤੀ ਜੋ ਪੁਰਾਣੇ ਬਜ਼ੁਰਗਾਂ ਨੇ ਕੀਤੀ ਹੈ, ਉਹ ਲੜੀਵਾਰ ਚੱਲਦੀ ਹੈ, ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ, ਅਤੇ ਉਹ ਥੋੜ੍ਹਾ ਜਿਹਾ ਜਪ ਤਪ ਕਰਦੇ ਹਨ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਸਿੱਧੀਆਂ ਮਿਲ ਜਾਂਦੀਆਂ ਹਨ, ਸ਼ਕਤੀਆਂ ਮਿਲ ਜਾਂਦੀਆਂ ਹਨ। ਔਰ ਵੈਸੇ ਤਾਂ ਪੁਰਾਣੇ ਗ੍ਰੰਥ ਹਨ, ਉਹਨਾਂ ਵਿੱਚ ਲਿਖਿਆ ਹੈ ਕਿ ਮੰਤਰ ਪਾਠ ਨੂੰ ਸਿੱਧ ਕਰਨ ਲਈ 1,25,000 ਜਾਪ ਚਾਹੀਦਾ ਹੈ। ਕਿਸੇ ਵੀ ਮੰਤਰ ਪਾਠ ਨੂੰ ਸਿੱਧ ਕਰਨ ਲਈ ਸਾਨੂੰ 1,25,000 ਜਾਪ ਕਰਨਾ ਪੈਂਦਾ ਹੈ ਕਿਸੇ ਵੀ ਮੰਤਰ ਦਾ, ਤਾਂ 1,25,000 ਜਾਪ ਤੋਂ ਬਾਅਦ ਉਹ ਮੰਤਰ ਦੀ ਸਾਨੂੰ ਸਿੱਧੀ ਮਿਲ ਜਾਂਦੀ ਹੈ। ਗਿਣਤੀ ਦੱਸੀ ਗਈ ਹੈ ਕਿ 1,25,000 ਜਾਪ ਕਰਨਾ ਹੈ। ਔਰ ਸਿਰਫ ਸਿੱਧੀ ਵਾਸਤੇ ਸਿਰਫ ਜਾਪ ਹੀ ਨਹੀਂ, ਸਾਡੇ ਉਸ ਵੇਲੇ ਕਰਮ, ਸਾਡਾ ਰਹਿਣ ਸਹਿਣ,
ਜਿਸ ਤਰ੍ਹਾਂ ਦਾ ਸਾਨੂੰ ਦੱਸਿਆ ਗਿਆ ਹੈ ਉਸੇ ਤਰ੍ਹਾਂ ਦਾ ਬਣਨਾ ਪੈਂਦਾ ਹੈ, ਸਾਫ਼ ਸੁਥਰੇ ਰਹਿਣਾ ਪੈਂਦਾ ਹੈ, ਸਹੀ ਕਰਮ ਕਮਾਉਣੇ ਪੈਂਦੇ ਹਨ, ਤਾਂ ਫਿਰ ਹੀ ਸਾਨੂੰ ਸਾਡੀ ਕੀਤੀ ਮਿਹਨਤ ਦਾ ਫਲ ਮਿਲਦਾ ਹੈ, ਫਿਰ ਹੀ ਕੋਈ ਮੰਤਰ ਪਾਠ ਸਿੱਧ ਹੁੰਦਾ ਹੈ। ਇਹ ਸਭ ਸਾਡੇ ਰੋਜ਼ ਨਿੱਤ ਕਰਨ ਵਾਲੇ ਕਰਮਾਂ 'ਤੇ ਵੀ ਨਿਰਭਰ ਕਰਦਾ ਹੈ। ਕਈ ਲੋਕ ਸਾਰੀ ਉਮਰ ਜਾਪ ਕਰਦੇ ਰਹਿੰਦੇ ਹਨ, ਉਹਨਾਂ ਨੂੰ ਸਿੱਧੀ ਨਹੀਂ ਪ੍ਰਾਪਤ ਹੁੰਦੀ, ਅਤੇ ਕਈ ਸਾਧਕ ਥੋੜ੍ਹੇ ਸਮੇਂ ਵਿੱਚ ਹੀ ਸਿੱਧੀ ਪ੍ਰਾਪਤ ਕਰ ਲੈਂਦੇ ਹਨ। ਕਈ ਇਨਸਾਨ ਜਾਂ ਸਾਧਕ ਥੋੜ੍ਹਾ ਜਿਹਾ ਜਾਪ ਕਰਦੇ ਹਨ, ਉਹਨਾਂ ਦੇ ਪੁਰਾਣੇ ਪੂਰਵਜ ਜਾਂ ਉਹਨਾਂ ਦੇ ਪਿੱਤਰ ਕਹਿ ਲਵੋ, ਉਹਨਾਂ ਦੇ ਪੁਰਾਣੇ ਬਜ਼ੁਰਗ ਜਾਂ ਉਹਨਾਂ ਦੇ ਪਿੱਤਰ ਆ ਕੇ ਖੜ੍ਹ ਜਾਂਦੇ ਹਨ, ਉਹ ਸਾਰਾ ਗਿਆਨ ਸਿੱਧੀਆਂ ਦੇ ਦਿੰਦੇ ਹਨ। ਕਿਉਂਕਿ ਉਹਨਾਂ ਦੇ ਬਜ਼ੁਰਗ ਜਾਂ ਪਿੱਤਰ ਜਿਸ ਤਰ੍ਹਾਂ ਭਗਤੀ ਇਬਾਦਤ ਵਾਲੇ ਹੋਏ ਹੁੰਦੇ ਹਨ, ਔਰ ਉਸ ਪੀੜ੍ਹੀ ਵਿੱਚੋਂ ਜੇਕਰ ਕੋਈ ਭਗਤੀ ਜਪ ਤਪ ਕਰਦਾ ਹੈ, ਤਾਂ ਉਹਨਾਂ ਦੇ ਪਿੱਤਰ ਉਹਨਾਂ ਦੇ ਬਜ਼ੁਰਗ ਆ ਕੇ ਥੋੜ੍ਹੀ ਜਿਹੀ ਇਬਾਦਤ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਉਹ ਜਾਪ ਕਰਦੇ ਹਨ, ਕਿਸੇ ਵੀ ਦੇਵੀ ਦੇਵਤੇ ਦਾ ਕਰਦੇ ਹਨ, ਤਾਂ ਉਹ ਪਿੱਤਰ ਆ ਕੇ ਕੋਲ ਖੜ੍ਹ ਜਾਂਦੇ ਹਨ, ਔਰ ਉਹ ਸਾਰਾ ਗਿਆਨ ਸਿੱਧੀਆਂ ਦੇ ਦਿੰਦੇ ਹਨ। ਇਹ ਸਭ ਉਸ ਮਾਲਿਕ ਪ੍ਰਭੂ ਪਿਆਰੇ ਦੀ ਖੇਡ ਹੈ ਕਿ ਕਿੰਨਾ ਕੁ ਕਿਸ ਨੂੰ ਦੇਣਾ ਹੈ। ਚੰਗੇ ਇਨਸਾਨ ਭਲੇ ਪੁਰਸ਼ ਬੰਦੇ ਨੂੰ ਗੁਰੂ ਪੀਰ ਦੇਵੀ ਦੇਵਤੇ ਜਲਦੀ ਹੀ ਸਿੱਧੀਆਂ ਸ਼ਕਤੀਆਂ ਦੇ ਦਿੰਦੇ ਹਨ। ਗਲਤ ਕਰਮ ਕਰਨ ਵਾਲੇ ਪਾਪੀ ਇਨਸਾਨ ਨੂੰ ਸਾਰੀ ਉਮਰ ਵੀ ਭਗਤੀ ਉਹ ਕਰੀ ਜਾਵੇ, ਉਸ ਨੂੰ ਕੋਈ ਵੀ ਸ਼ਕਤੀ ਸਿੱਧੀ ਨਹੀਂ ਮਿਲਦੀ। ਉਹ ਜਿੰਨਾ ਮਰਜ਼ੀ ਜਪ ਤਪ ਕਰੀ ਜਾਵੇ, ਜਦੋਂ ਤੱਕ ਉਹ ਆਪਣੇ ਮਨ ਦਿਲ ਨੂੰ ਸਾਫ਼ ਨਹੀਂ ਕਰ ਲੈਂਦਾ, ਆਪਣੇ ਆਪ ਨੂੰ ਸਹੀ ਇਨਸਾਨ ਨਹੀਂ ਬਣਾ ਲੈਂਦਾ। ਇਹ ਸਭ ਮਿਹਨਤ ਔਰ ਕਰਮਾਂ ਦੇ ਸੌਦੇ ਹਨ। ਦੇਵੀ ਦੇਵਤਾ ਪੀਰ ਫਕੀਰ ਇਨਸਾਨ ਦੇ ਕਰਮ ਦੇਖਦਾ ਹੈ, ਔਰ ਭਗਤੀ ਕਰਨ ਵਾਲੇ ਸਾਧਕ ਦੇ ਮਨ ਨੂੰ ਪੜ੍ਹਦਾ ਹੈ ਕਿ ਉਸ ਦੇ ਅੰਦਰ ਕੀ ਚੱਲਦਾ ਹੈ, ਪਹਿਲਾਂ ਉਸ ਦੇ ਦਿਲ ਨੂੰ ਹੀ ਪੜ੍ਹਦਾ ਹੈ। ਪੀਰ ਫਕੀਰ ਦੇਵੀ ਦੇਵਤਾ ਮੁਰੀਦ ਦਾ ਭਗਤੀ ਭਾਵ ਕਰਮ ਦੇਖਦਾ ਹੈ, ਉਸ ਹਿਸਾਬ ਨਾਲ ਸਿੱਧੀਆਂ ਪ੍ਰਦਾਨ ਕਰਦਾ ਹੈ। ਹਰ ਇਨਸਾਨ ਦਾ ਵੱਖਰਾ ਵੱਖਰਾ ਕਰਮ ਭਾਵ ਭਗਤੀ ਲੈਵਲ ਹੁੰਦਾ ਹੈ, ਇਹ ਕਿਸੇ ਦੇ ਵਿੱਚ ਵੀ ਬਰਾਬਰ ਨਹੀਂ ਦੇਖਿਆ ਜਾਵੇਗਾ। ਹਰ ਇਨਸਾਨ ਦਾ ਆਪਣਾ ਆਪਣਾ ਭਗਤੀ ਲੈਵਲ ਹੈ ਕਿ ਉਹ ਕਿੰਨੀ ਕੁ ਭਗਤੀ ਕਰਦਾ ਹੈ, ਕਿਸ ਤਰ੍ਹਾਂ ਦੇ ਕਰਮ ਕਮਾਉਂਦਾ ਹੈ, ਔਰ ਉਸ ਕੋਲ ਕਿਸ ਤਰ੍ਹਾਂ ਦੀਆਂ ਸਿੱਧੀਆਂ ਹਨ। ਇਹ ਇਨਸਾਨ ਦੇ ਕਰਮ 'ਤੇ ਨਿਰਭਰ ਕਰਦਾ ਹੈ, ਉਸਦੀ ਮਿਹਨਤ 'ਤੇ ਨਿਰਭਰ ਕਰਦਾ ਹੈ। ਸੋ ਦੋਸਤੋ, ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਆਪ ਸਭ ਨੂੰ ਸਲਾਮ।